ਕਿ ਅੱਜ ਤੋਂ 3 ਸਾਲ ਪਹਿਲਾਂ 24/7/21 ਨੂੰ ਇਹਦਾ ਨੀਂਹ ਪੱਥਰ ਰੱਖਿਆ ਸੀ। ਸਾਡੇ ਉਦੋਂ ਦੇ ਮੰਤਰੀ ਬ੍ਰਹਮਿੰਦਰਾ ਜੀ, MP ਸਾਹਿਬ ਤਿਵਾੜੀ ਜੀ, ਦਾਸ ਆਏ ਸੀ। ਹਰੇਕ ਕਮਿਊਨਿਟੀ ਸੈਂਟਰ ਨੇ ਸਾਰੇ ਸ਼ਹਿਰ ਨੂੰ ਸਮਾਜਿਕ ਕਾਰਜਾਂ ਵਾਸਤੇ ਸਹਾਈ ਹੋਣਾ ਸੀ। ਪਰ ਜੋ ਸਾਡੀ ਕਮੇਟੀ ਹੈ ਅਕਾਲੀ ਦਲ ਦੀ ਬਣੀ ਹੋਈ, ਪ੍ਰਧਾਨ ਸਾਡੀ ਬੀਬੀ ਲੌਂਗੀਆ, ਸਾਰੀ ਕਮੇਟੀ ਦੀ ਕਾਰਗੁਜ਼ਾਰੀ 'ਤੇ ਅੱਜ ਪ੍ਰਸ਼ੰਸਨ ਲੱਗਿਆ ਹੋਇਆ। ਜੋ ਸ਼ਹਿਰ 'ਚ ਹੋ ਰਿਹਾ ਨਹੀਂ ਹੋ ਰਿਹਾ, ਇਹ ਅਸੀਂ ਬਣਾਉਣਾ ਸ਼ੁਰੂ ਕੀਤਾ। ਪਰ ਅੱਜ ਅਫਸੋਸ ਹੈ, ਰੋਂਦਾ ਫਿਰਦਾ, ਕੰਮ ਬੰਦ ਪਿਆ। ਇੱਥੇ ਮੈਂ ਆ ਕੇ ਦੇਖਿਆ, ਹਾਲ ਬਣ ਗਿਆ, ਅਧੂਰਾ ਪਿਆ। ਇੰਨੇ ਪੈਸੇ ਫੰਡ ਜਾਂ ਕਮੇਟੀ ਕੋਲ ਜਿਹੜਾ ਹਿਸਾਬ ਕੋਈ ਨਹੀਂ। ਸਾਡੀਆਂ ਪੰਜਾਬ 'ਚ ਕੁਛ ਕਮੇਟੀਆਂ ਬੜੀਆਂ ਅਮੀਰ ਨੇ, ਕਰੜ ਹੈ, ਮੰਡੀ ਗੋਬਿੰਦਗੜ੍ਹ ਹੈ, ਨੰਗਲ ਹੈ। ਤੋ ਅੱਜ ਮੈਂ ਸਾਥੀ ਲੈ ਕੇ ਮੌਕਾ ਦੇਖਣ ਵਾਸਤੇ ਆਇਆ, ਅਤੇ ਮੈਂ ਅਪੀਲ ਕਰਦਾ ਕਮੇਟੀ ਨੂੰ, ਸਿਕਿਉਰਟੀ ਨੂੰ, ਇੱਕ ਰੱਬ ਦੇ ਵਾਸਤੇ ਇਹ ਲੋਕ ਦਾ ਕੰਮ ਹੈ, ਇੱਥੇ ਇਹ ਵਾਰੀ ਛੱਡ ਕੇ ਉਸ ਦੇ ਲਾਓ। ਕਾਂਗਰਸ ਪਾਰਟੀ ਦੇ ਸਾਬਕਾ ਕੈਬਨਿਟ ਮੰਤਰੀ ਰਹੇ ਜਗਮੋਹਨ ਸਿੰਘ ਕੰਗ, ਜੋ ਕਿ ਵਿਧਾਨ ਸਭਾ ਹਲਕਾ ਮੋਰਿੰਡਾ ਤੋਂ ਵੀ ਕਈ ਵਾਰ ਚੋਣ ਲੜ ਚੁੱਕੇ ਹਨ ਅਤੇ ਖਰੜ ਤੋਂ ਵੀ ਚੋਣ ਲੜ ਚੁੱਕੇ ਹਨ, ਜੋ ਕਿ ਕਾਂਗਰਸ ਪਾਰਟੀ ਤੋਂ ਟਿਕਟਾਂ ਦੀ ਵੰਡ ਦੇ ਸਮੇਂ ਪਿਛਲੇ ਚੋਣਾਂ ਦੌਰਾਨ ਨਾਰਾਜ਼ ਹੋ ਕੇ ਕਾਂਗਰਸ ਪਾਰਟੀ ਛੱਡ ਕੇ ਆਪ ਪਾਰਟੀ ਵਿੱਚ ਚਲੇ ਗਏ ਸਨ, ਜਿੱਥੇ ਉਹਨਾਂ ਨੂੰ ਕੋਈ ਢੁੱਕਵਾਂ ਸਥਾਨ ਨਾ ਮਿਲਣ ਕਾਰਨ ਸੁਣਨੇ ਵਿੱਚ ਆ ਰਿਹਾ ਕਿ ਉਹ ਵਾਪਸ ਕਾਂਗਰਸ ਪਾਰਟੀ ਵਿੱਚ ਆਉਣ ਦੀ ਤਿਆਰੀ ਵਿੱਚ ਹਨ, ਕਿਉਂਕਿ ਉਹਨਾਂ ਦੀਆਂ ਲੋਕ ਸਭਾ ਲਈ ਖੜ੍ਹੇ ਉਮੀਦਵਾਰ ਵਿਜੇਂਦਰ ਸਿੰਗਲਾ ਨਾਲ ਗੁਪਤ ਮੀਟਿੰਗਾਂ ਚੱਲ ਰਹੀਆਂ ਹਨ, ਕਿ ਉਹਨਾਂ ਕਾਫ਼ੀ ਨਜ਼ਦੀਕ ਮੰਨੇ ਜਾ ਰਹੇ ਹਨ, ਜਿਸ ਨੂੰ ਲੈ ਕੇ ਉਹ ਆਪਣੇ ਸਮਰਥਕਾਂ ਦੀ ਰਾਏ ਲੈਣ ਲਈ ਇਲਾਕੇ ਦੇ ਵੱਖ ਵੱਖ ਪਿੰਡਾਂ 'ਚ ਦੌਰੇ ਕਰ ਰਹੇ ਹਨ, ਤਾਂ ਜੋ ਪਾਰਟੀ ਵਿੱਚ ਲੋਕਾਂ ਦੀ ਸਲਾਹ ਨਾਲ ਰੁੱਖ ਵਾਪਸ ਕੀਤਾ ਜਾਵੇ, ਘਰ ਵਾਪਸੀ ਕੀਤੀ ਜਾਵੇ। ਉੱਥੋਂ ਦਿਖਾਉਂਦੇ ਹਾਂ ਮੌਕੇ ਦੀਆਂ ਤਸਵੀਰਾਂ, ਕਿਸ ਤਰ੍ਹਾਂ ਲੋਕਾਂ ਨਾਲ ਜਗਮੋਹਨ ਸਿੰਘ ਕੰਗ ਵਿਧਾਨ ਸਭਾ ਹਲਕਾ ਖਰੜ ਅਤੇ ਮੋਰਿੰਡਾ ਹਲਕੇ ਦੇ ਪਿੰਡਾਂ ਵਿੱਚ ਦੌਰੇ ਕਰ ਰਹੇ ਹਨ। ਮੈਂ ਜਗਵਾਨ TV ਲਈ ਹਰੀਸ਼ ਬਠਲਾ।